ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋਈਆਂ ਨੇ। ਦੱਸ ਦਈਏ ਕਿ ਇੱਕ ਵਿਆਹ ਦੀਆਂ ਰਸਮਾਂ ਨਿਭਾ ਕੇ ਆ ਰਹੇ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਇਸ ਹਾਦਸੇ ਦੇ ਵਿੱਚ 10 ਦੇ ਕਰੀਬ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਜਦੋਂ ਲੜਕੀ ਵਾਲਿਆਂ ਦੇ ਪਰਿਵਾਰਕ ਮੈਂਬਰ ਜਦੋਂ ਲੜਕੇ ਵਾਲਿਆਂ ਦੇ ਘਰੇ ਕੁਝ ਰਸਮਾਂ ਨਿਭਾ ਕੇ ਆ ਰਹੇ ਸੀ ਤਾਂ ਉਸ ਸਮੇਂ ਅਚਾਨਕ ਹੀ ਇਹਨਾਂ ਦੀ ਟੱਕਰ ਇੱਕ ਪਿਕਅਪ ਦੇ ਨਾਲ ਹੋ ਜਾਂਦੀ ਹੈ। ਕਿਹਾ ਜਾ ਰਿਹਾ ਕਿ ਲੜਕੀ ਵਾਲਿਆਂ ਦੇ ਕਾਫੀ ਜ਼ਿਆਦਾ ਰਿਸ਼ਤੇਦਾਰ ਵੀ ਸੀ। 2 ਜੀਪਾਂ ਦੇ ਵਿੱਚ ਇਹ ਸਵਾਰ ਹੋ ਕੇ ਗਏ ਸੀ, ਪਰ ਰਸਤੇ ਦੇ ਵਿੱਚ ਜਦੋਂ ਇਹ ਵਾਪਸੀ ਕਰ ਰਹੇ ਸੀ ਤਾਂ ਅਚਾਨਕ ਇਹਨਾਂ ਦੀ ਟੱਕਰ ਇੱਕ ਪਿਕਅਪ ਗੱਡੀ ਦੇ ਨਾਲ ਹੋ ਜਾਂਦੀ ਹੈ, ਜਿਸ ਦੇ ਵਿੱਚ 6 ਲੋਕਾਂ ਦੀ ਤਾਂ ਮੌਕੇ ਤੇ ਹੀ ਜਾਨ ਚਲੀ ਜਾਂਦੀ ਹੈ ਤੇ 10 ਦੇ ਕਰੀਬ ਲੋਕ ਇਸ ਹਾਦਸੇ 'ਚ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਮ੍ਰਿਤਕਾਂ ਦੇ ਵਿੱਚ ਕਿਹਾ ਜਾ ਰਿਹਾ ਕਿ 2 ਬੱਚੇ ਵੀ ਸ਼ਾਮਲ ਨੇ। ਤਾਂ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋਈਆਂ ਨੇ। ਕਿਹਾ ਜਾ ਰਿਹਾ ਕਿ ਤਿਲਕ ਸਮਾਰੋਹ ਤੋਂ ਜਦੋਂ ਲੜਕੀ ਵਾਲੇ ਵਾਪਸੀ ਕਰ ਰਹੇ ਸੀ ਤਾਂ ਉਸ ਸਮੇਂ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਦੇ ਵਿੱਚ ਲੜਕੀ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਦੇ ਵਿੱਚੋਂ 6 ਲੋਕਾਂ ਦੀ ਕਿਹਾ ਜਾ ਰਿਹਾ ਹੈ ਕਿ ਮੌਤ ਹੋਈ ਹੈ, ਜਦਕਿ 10 ਦੇ ਕਰੀਬ ਇਸ ਹਾਦਸੇ 'ਚ ਜ਼ਖਮੀ ਹੋਏ ਨੇ। ਤਾਂ ਇਹ ਹਾਦਸਾ ਬਲੀਆ ਦੇ ਵਿੱਚ ਵਾਪਰਿਆ, ਜਿੱਥੇ ਕਿ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋਈਆਂ ਨੇ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਜੀਪਾਂ ਨੇ ਉਹਨਾਂ ਦੇ ਅਗਲੇ ਹਿੱਸੇ ਬਿਲਕੁਲ ਹੀ ਬੁਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ, ਜਦਕਿ ਦੂਜੇ ਪਾਸੇ ਜੋ ਪਿਕਅਪ ਹੈ ਉਹ ਵੀ ਬੁਰੇ ਤਰੀਕੇ ਦੇ ਨਾਲ ਭੰਨੀ ਹੋਈ ਨਜ਼ਰ ਆ ਰਹੀ ਹੈ। ਇਹ ਜਨਪਦ ਬਲੀਆ ਨੇ ਥਾਣਾ बैरिया के अंतर्गत, बैरिया और हल्दी का बॉर्डर पड़ता है, वहाँ पर रात में 3:30 बजे के लगभग एक एक्सीडेंट हो गया, जिसमें कुछ लोग दोपटी थाने से एक तिलक का कार्यक्रम अटेंड करके आ रहे थे, 2 मार्शल जीपों में थे, उनके बीच में और एक पिकअप के बीच में एक्सीडेंट हो गया। तो इस एक्सीडेंट में 6 लोगों की मृत्यु हुई है, जिसमें से 2 बच्चे भी हैं और काफ़ी लोग घायल हुए हैं, जिनको यहाँ जिला अस्पताल से और BHU के लिए रेफ़र किया गया है। और जो घायल यहाँ पर हैं, जिला अस्पताल में हैं या फिर सोनबरसा चिकित्सालय में हैं, उनकी हम लोग पूरी मदद कर रहे हैं और उनके अच्छे से अच्छे इलाज की व्यवस्था हम लोग कर रहे हैं। ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋਈਆਂ ਨੇ। ਦੱਸ ਦਈਏ ਕਿ ਇੱਕ ਵਿਆਹ ਦੀਆਂ ਰਸਮਾਂ ਨਿਭਾ ਕੇ ਆ ਰਹੇ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਇਸ ਹਾਦਸੇ ਦੇ ਵਿੱਚ 10 ਦੇ ਕਰੀਬ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਜਦੋਂ ਲੜਕੀ ਵਾਲਿਆਂ ਦੇ ਪਰਿਵਾਰਕ ਮੈਂਬਰ ਜਦੋਂ ਲੜਕੇ ਵਾਲਿਆਂ ਦੇ ਘਰੇ ਕੁਝ ਰਸਮਾਂ ਨਿਭਾ ਕੇ ਆ ਰਹੇ ਸੀ ਤਾਂ ਉਸ ਸਮੇਂ ਅਚਾਨਕ ਹੀ ਇਹਨਾਂ ਦੀ ਟੱਕਰ ਇੱਕ ਪਿਕਅਪ ਦੇ ਨਾਲ ਹੋ ਜਾਂਦੀ ਹੈ। ਕਿਹਾ ਜਾ ਰਿਹਾ ਕਿ ਲੜਕੀ ਵਾਲਿਆਂ ਦੇ ਕਾਫੀ ਜ਼ਿਆਦਾ ਰਿਸ਼ਤੇਦਾਰ ਵੀ ਸੀ। 2 ਜੀਪਾਂ ਦੇ ਵਿੱਚ ਇਹ ਸਵਾਰ ਹੋ ਕੇ ਗਏ ਸੀ, ਪਰ ਰਸਤੇ ਦੇ ਵਿੱਚ ਜਦੋਂ ਇਹ ਵਾਪਸੀ ਕਰ ਰਹੇ ਸੀ ਤਾਂ ਅਚਾਨਕ ਇਹਨਾਂ ਦੀ ਟੱਕਰ ਇੱਕ ਪਿਕਅਪ ਗੱਡੀ ਦੇ ਨਾਲ ਹੋ ਜਾਂਦੀ ਹੈ, ਜਿਸ ਦੇ ਵਿੱਚ 6 ਲੋਕਾਂ ਦੀ ਤਾਂ ਮੌਕੇ ਤੇ ਹੀ ਜਾਨ ਚਲੀ ਜਾਂਦੀ ਹੈ ਤੇ 10 ਦੇ ਕਰੀਬ ਲੋਕ ਇਸ ਹਾਦਸੇ 'ਚ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਮ੍ਰਿਤਕਾਂ ਦੇ ਵਿੱਚ ਕਿਹਾ ਜਾ ਰਿਹਾ ਕਿ 2 ਬੱਚੇ ਵੀ ਸ਼ਾਮਲ ਨੇ। ਤਾਂ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋਈਆਂ ਨੇ। ਕਿਹਾ ਜਾ ਰਿਹਾ ਕਿ ਤਿਲਕ ਸਮਾਰੋਹ ਤੋਂ ਜਦੋਂ ਲੜਕੀ ਵਾਲੇ ਵਾਪਸੀ ਕਰ ਰਹੇ ਸੀ ਤਾਂ ਉਸ ਸਮੇਂ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਦੇ ਵਿੱਚ ਲੜਕੀ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਦੇ ਵਿੱਚੋਂ 6 ਲੋਕਾਂ ਦੀ ਕਿਹਾ ਜਾ ਰਿਹਾ ਹੈ ਕਿ ਮੌਤ ਹੋਈ ਹੈ, ਜਦਕਿ 10 ਦੇ ਕਰੀਬ ਇਸ ਹਾਦਸੇ 'ਚ ਜ਼ਖਮੀ ਹੋਏ ਨੇ। ਤਾਂ ਇਹ ਹਾਦਸਾ ਬਲੀਆ ਦੇ ਵਿੱਚ ਵਾਪਰਿਆ, ਜਿੱਥੇ ਕਿ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋਈਆਂ ਨੇ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਜੀਪਾਂ ਨੇ ਉਹਨਾਂ ਦੇ ਅਗਲੇ ਹਿੱਸੇ ਬਿਲਕੁਲ ਹੀ ਬੁਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ, ਜਦਕਿ ਦੂਜੇ ਪਾਸੇ ਜੋ ਪਿਕਅਪ ਹੈ ਉਹ ਵੀ ਬੁਰੇ ਤਰੀਕੇ ਦੇ ਨਾਲ ਭੰਨੀ ਹੋਈ ਨਜ਼ਰ ਆ ਰਹੀ ਹੈ। ਇਹ ਜਨਪਦ ਬਲੀਆ ਨੇ ਥਾਣਾ बैरिया के अंतर्गत, बैरिया और हल्दी का बॉर्डर पड़ता है, वहाँ पर रात में 3:30 बजे के लगभग एक एक्सीडेंट हो गया, जिसमें कुछ लोग दोपटी थाने से एक तिलक का कार्यक्रम अटेंड करके आ रहे थे, 2 मार्शल जीपों में थे, उनके बीच में और एक पिकअप के बीच में एक्सीडेंट हो गया। तो इस एक्सीडेंट में 6 लोगों की मृत्यु हुई है, जिसमें से 2 बच्चे भी हैं और काफ़ी लोग घायल हुए हैं, जिनको यहाँ जिला अस्पताल से और BHU के लिए रेफ़र किया गया है। और जो घायल यहाँ पर हैं, जिला अस्पताल में हैं या फिर सोनबरसा चिकित्सालय में हैं, उनकी हम लोग पूरी मदद कर रहे हैं और उनके अच्छे से अच्छे इलाज की व्यवस्था हम लोग कर रहे हैं।